Dangere yit hone farmaya oy jumhuriyat jada utha jumhuri sharke sharke o jadon puchhi da kitna hukumat bani ghar talwaran chalya karngiyan main vi uth khlo da jave jada vad ke qabza kar le ek gal phir sare muh vekhde rehnde vich aapas se ha ittehad karam tusi ittehad odon karna jadon agli duniya chale ja ittehad o jada hazrat umar ne karta pehla vi kita aakhir te vi khutba mukda famam ba ya rajulun ra ghair mashwarat min al muslimin ਮੁਸਲਮਾਨਾਂ ਦੇ ਮਸ਼ਵਰੇ ਤੋਂ ਬਗੈਰ ਜੇ ਕਿਸੇ ਬੰਦੇ ਦੀ ਬੈਤ ਹੋਈ ਤਾਂ ਕੋਈ ਨਹੀਂ ਫਲਾ ਯੁਤਾਬਾ ਨਾ ਉਹਦੀ ਗੱਲ ਮੰਨਿਓ ਵਲੱਲਾ ਦੀ ਬਾਇਆ ਉੱਤੇ ਬੈਤ ਕਰਨ ਵਾਲੇ ਜਿਹੜਾ ਉਹ ਵੀ ਤਗਿਰ ਰਤਾ ਉਕਤਲਾ ਉਹ ਦੋਵੇਂ ਇਸ ਕਾਬਿਲ ਹੈ ਕਿ ਉਹਨਾਂ ਨੂੰ ਕਤਲ ਕਰ ਰਹੇ ਕਤਲ ਫਰਮਾ ਏਡਾ ਵੱਡਾ ਜੁਰਮ ਹੈ ਮੁਸਲਮਾਨ ਘਰਾਂ 'ਚ ਬਹਿਰ ਹੈ ਅਤੇ ਤੁਸੀਂ ਆਪੇ ਗੱਲ ਮੁਕਾ ਲਈ ਕੁਰਾਨ ਪਾਕ ਨੇ ਮੇਰੇ ਅਜ਼ੀਜ਼ ਉਹ ਦੋਸਤੋ ਇਸੇ ਤੋਂ ਵਾਜ਼ਿਹ ਐਲਾਨ ਫਰਮਾਇਆ ਸ਼ੂਰਾ ਸ਼ੂਰਾ ਜਿਹਦਾ ਨਾ ਹੀ ਸ਼ੂਰਾ ਅਮਰੋਹਮ ਸ਼ੂਰਾ ਬਹਿਣਾ ਅਤੇ ਮੁਸਲਮਾਨਾਂ ਦੇ ਜਦੋਂ ਮਾਮਲੇ ਤੈਅ ਹੋਣਗੇ ਉਹਨਾਂ ਦੇ ਮਸ਼ਵਰੇ ਨਾਲ ਔਰ ਮਸ਼ਵਰਾ ਵੀ ਇਹ ਨਹੀਂ ਵੀ ਨੋਟ ਵੰਡ ਦਿਓ ਦਸ ਬੰਦੇ ਨਾਲ ਲੈ ਆਓ ਮਹੱਲੇ ਦੇ ਕਲਾਂਸ਼ਮ ਕੋਫਾਨ ਕੋਲ ਡਰਾਓ ਵੋਟ ਲੈ ਲਓ ਕੋਈ ਮਸ਼ਵਰਾ ਨਹੀਂ ਬਿਲਕੁਲ ਇਹ ਮਸ਼ਵਰੇ ਦੇ ਮਾਨਾਂ ਦੇ ਖਿਲਾਫ ਆ ਮਸ਼ਵਰਾ ਇਸ ਤਰ੍ਹਾਂ ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਆ ਉਹ ਸ਼ਹਿਦ ਚੂਸ ਕੇ ਕੱਢਦੀ ਹੈ ਇੱਦਾਂ ਹਰ ਇੱਕ ਦੀ ਗੱਲ ਸੁਣ ਕੇ ਪੁੱਛ ਕੇ ਕਿ ਜ਼ਿਆਦਾ ਲੋਕ ਕੀ ਪਸੰਦ ਕਰਨ ਕਿਹੜੇ ਬੰਦੇ 'ਤੇ ਰਾਜ਼ੀ ਹੈ ਕਿਹਨੂੰ ਸਮਝਦੇ ਇਲਾਕੇ ਦੇ ਅੰਦਰ ਜਾਣਦਾਰ ਆ ਮੈਂ ਜਿਹੜੀਆਂ ਆਇਤਾਂ ਪੜ੍ਹੀਆਂ ਸੁਣਨਾ ਚਾਹੀਦੀ ਗੱਲ ਅੱਲਾ ਪਾਕ ਕੁਰਾਨ 'ਚ ਕੀ ਫਰਮਾਇਆ ਵਰਾ ਤਖਤ ਮੁਸ਼ਹਾਦਾ ਇਹ ਹੁਣ ਸ਼ਹਾਦਤ ਦੇਣ ਦਾ ਵਕਤ ਆ ਗਿਆ 18 ਤਾਰੀਖ ਨੂੰ ਪੂਰੀ ਉਮਤ ਹੁਣ ਗਵਾਹੀ ਦੇ ਕਟਹਿਰੇ 'ਚ ਖੜ੍ਹੀ ਹੋ ਗਈ ਹਰ ਇਲਾਕੇ ਦੇ ਲੋਕਾਂ ਨੂੰ ਬੁਲਾ ਲਿਆ ਗਿਆ ਕਿ ਸ਼ਹਾਦਤ ਦੇਣੀ ਹਰ ਬੰਦੇ ਨੇ ਆ ਕੇ ਗਵਾਹੀ ਦੇਣੀ ਹੈ ਕਿ ਜਿਹੜੇ ਲੋਕ ਤੇਰੇ ਸਾਹਮਣੇ ਆ ਇਹਨਾਂ 'ਚ ਤੇਰੇ ਨਜ਼ਦੀਕ ਕੌਣ ਬਿਹਤਰ ਹੈ ਆਪਣੇ ਇਲਮ ਪਾਰੋਂ ਦੀਨਦਾਰੀ ਪਾਰੋਂ ਨੇਕੀ ਪਾਰੋਂ ਜਿਹਨੂੰ ਲੋਕ ਅੱਛਾ ਸਮਝਦੇ ਦੱਸ ਔਰ ਅੱਲਾਹ ਤਾਲਾ ਨੇ ਜੋ ਇਸ ਮੌਕਾ 'ਤੇ ਕਿਹਾ ਬਹੁਤ ਜ਼ਬਰਦਸਤ ਬਾਤ ਕਹੀ ਕਿ ਕੋਈ ਗਵਾਹੀ ਦੇਣ ਨਾ ਗਿਆ ਉਹ ਵੀ ਮੁਜ਼ਰਮ ਆਖਿਆ ਮੈਂ ਨਹੀਂ ਜਾਣਾ ਬਿਲਕੁਲ ਝੂਠਾ ਅੱਲਾਹ ਤਾਲਾ ਦਾ ਵਲਾ ਤੁਕ ਮੁਸ਼ਹਾਦ ਕਿਸੇ ਨੇ ਸ਼ਹਾਦਤ ਨਹੀਂ ਛਪਾਉਣੀ ਜੋ ਇਲਮ ਹੈ ਤੁਹਾਡਾ ਉਹਦੇ ਮੁਤਾਬਕ ਜਾ ਕੇ ਕਹੋ ਕਿਸੇ ਦਾ ਲਿਹਾਜ਼ ਨਹੀਂ ਕਰਨਾ ਪਿਆ ਉਹ ਯਾਰ ਦੋਸਤ ਹੈ ਬੜਾ ਯਾਰ ਦੋਸਤ ਆਇਆ ਕੱਲ੍ਹ ਪਰਸੋਂ ਮੇਰੇ ਕੋਲ ਬਹੁਤ ਦੋਸਤ ਮੈਨੂੰ ਕਹਿਣ ਲੱਗਾ ਤੇਰੇ ਸਾਡੇ ਨਾਲ ਬੜੇ ਪੁਰਾਣੇ ਤਾਲੁਕਾਤ ਹੈ ਸਾਡਾ ਬਾਪ ਵੀ ਤੇਰਾ ਦਮ ਬਿਲਕੁਲ ਠੀਕ ਵੋਟ ਮੈਂ ਗਲਤ ਬਾਤ ਵੋਟ ਨਹੀਂ ਜਾਣਾ ਇਹ ਵੋਟ ਕੋਈ ਯਾਰੀਆਂ ਦੋਸਤੀ ਮੈਂ ਆਪਣੇ ਖੁਦਾ ਦੇ ਸਾਹਮਣੇ ਉਸੇ ਖੜਾ ਹੋਣਾ ਜਿਸੇ ਮੈਂ ਪਰਚੀ 'ਤੇ ਮੋਹਰ ਲਾਉਣੀ ਹੈ ਖੁਦਾ ਪੁੱਛ ਰਿਹਾ ਹੋਣਾ ਵੀ ਇਹ ਬੰਦੇ ਜਿਹੜੇ ਇਹਨਾਂ 'ਚੋਂ ਕੌਣ ਬੰਦਾ ਤੇਰੇ ਖਿਆਲ 'ਚ ਜਿਹੜੇ ਵੀ ਮੌਜੂਦ ਹੈ ਇਹ ਹੁਣ ਹਾਲ ਇਹ ਆ ਅਹਿਮਦ ਅਲ ਬੰਡੀਆ ਚੈਨ ਦਾ ਵੀ ਦੋ ਕੰਜਰ ਜੇ ਖੜੇ ਹੋਣ ਤਾਂ ਘੱਟ ਕੰਜਰ 1% ਵੀ ਘੱਟ ਹੈ ਤਾਦੀ ਓਨੀ ਕਮੀ ਤਾਂ ਆਊਗੀ ਜੇ ਬੁਰੇ ਨੂੰ ਮੌਕਾ ਦਿੱਤਾ ਤੁਸੀਂ ਵੀ ਨਹੀਂ ਉਹ ਸ਼ਰੀਫ ਆਦਮੀ ਨੂੰ ਦਿੱਤਾ ਜਿਹੜਾ 99% ਬਾਤ ਸੀ ਚਲੋ ਮੈਂ ਤੁਹਾਡੀ ਗੱਲ 100% ਨੂੰ ਤੁਸੀਂ ਕਰਾ ਕੀ ਫਾਇਦਾ ਵਾ ਉਹ ਜਿਹੜਾ 100ਵਾਂ ਗੁਨਾਹ ਨਾ ਜ਼ਿਆਦਾ ਉਹਦੇ 'ਚ ਤੁਹਾਡਾ ਵੀ ਹਿੱਸਾ ਜਿਹੜੇ ਨਹੀਂ ਬਿਆਨ ਦੇਣਗੇ ਉਹਨਾਂ ਦਾ ਵੀ ਆ ਜਿਹਨਾਂ ਗਲਤ ਬਿਆਨ ਦਿੱਤਾ ਉਹਨਾਂ ਦਾ ਵੀ ਮੁਜਰਮ ਅੱਲਾਹ ਪਾਕ ਫਰਮਾਇਆ ਕੁਰਾਨ ਪਾਕ ਦੀ ਬਹੁਤ ਬੜੀ ਆਇਤ ਆ ਵਲਾ ਤਖਤ ਮੁਸ਼ਹਾਦ ਸ਼ਹਾਦਤ ਨਾ ਛਪਾਓ ਗਵਾਹੀ ਨਾ ਛਪਾਓ ਇਸ ਗੱਲ ਨੂੰ ਹਰ ਕੋਈ ਗਊ ਫਲਾਣਾ ਗਿਆ ਜੀ ਉਹ ਅਦਾਲਤ ਝੂਠੀ ਗਵਾਹੀ ਦੇ ਆ ਉਹ ਤਾਂ ਇੱਕ ਆਮ ਮਾਮਲੇ 'ਚ ਗਵਾਹੀ ਕਿ ਛੋਟੀ ਜਿਹੀ ਗੱਲ ਆ ਕਿਸੇ ਦਾ ਕੇਸ ਵੀ ਪੂਰੀ ਉਮਰ ਦਾ ਕੇਸ ਹੈ ਮੁਲਕ ਦੇਣਾ ਆਪਣੀਆਂ ਬੇਟੀਆਂ ਦੀ ਇੱਜ਼ਤਾਂ ਹਵਾਲੇ ਉਹਨਾਂ ਦੇ ਮਾਲ ਹਵਾਲੇ ਅਸੀਂ ਐਸਿਆਂ ਨੂੰ ਕਰਾ ਦੇ ਜਿਹੜੇ ਹੁਣੀ ਨਾਲ ਡਾਕੂਆਂ ਨੂੰ ਲੈ ਕੇ ਫਿਰਦੇ ਕਾਰਾਂ ਖੋਣ ਵਾਲੇ ਬਦਮਾਸ਼ ਜਾਣਦੇ ਹਾਂ ਕਿ ਉਹ ਹੀ ਹਰਾਮੀ ਕਿ ਇਹਨਾਂ ਰਹਿਤਾਂ ਪਰੋਂ ਦੇ ਅੱਲਾ ਨਾ ਬਲਾ ਤੱਕ ਤੂੰ ਮਸ਼ਾਦ ਸ਼ਹਾਦਤ ਨਾ ਛੁਪਾਇਓ ਵਮਈ ਯਕ ਤੂੰ ਮਾਫ ਵਾਸਮਨ ਕਲਬ ਜਿਹੜਾ ਸ਼ਹਾਦਤ ਛੁਪਾਊਗਾ ਨਹੀਂ ਦਿੰਦਾ ਗਵਾਹੀ ਉਹਦਾ ਦਿਲ ਗੁਨਾਹਗਾਰ ਹੋ ਚੁੱਕਾ ਅੱਲਾ ਨਾ ਸਿਰਫ ਜ਼ਾਹਿਰ ਨਹੀਂ ਗੰਦਾ ਦਿਲ ਗੰਦਾ ਇਹ ਖੁਦਾ ਦੇ ਦੀਨ ਦਾ ਮਾਮਲਾ ਤੈਨੂੰ ਬੁਲਾਇਆ ਜਾਂਦਾ ਔਰ ਇਹ ਹਜ਼ਰਤ ਅਲੀ ਅਲੈਹਿਸ ਸਲਾਮ ਨੇ ਜਦੋਂ ਖਾਰਜੀਆਂ ਨੇ ਆਖਿਆ ਨਹੀਂ ਹਕੂਮਤ ਦੀ ਕਿਹੜੀ ਲੋਕ ਆਪ ਹੀ ਨੇਕ ਬਣ ਫਰਮਾਇਆ ਅੱਲਾ ਬੁੱਧਾ ਲੈਣਾ ਉਸੇ ਮੇਰਾ ਮੀਰਨ ਬਰਨ ਫਾਜ਼ਰ ਹਕੂਮਤ ਤੋਂ ਬਗੈਰ ਕੰਮ ਚੱਲਦਾ ਤੁਸੀਂ ਨੇਕ ਨਹੀਂ ਬਣਾਓਗੇ ਬੁਰਾ ਬਹੂਗਾ ਜਾਂ ਤਾਂ ਹਕੂਮਤ ਘਰ ਨੂੰ ਚਲੀ ਜਾਣਾ ਵੀ ਨਹੀਂ ਅਸੀਂ ਕਿਸੇ ਵੀ ਨਹੀਂ ਬਣਨਾ ਠੀਕ ਆ ਅਸੀਂ ਅੱਲਾ ਅੱਲਾ ਕਰੇ ਜਦੋਂ ਬਣਨਾ ਹੀ ਹੈ ਕਿਸੇ ਨਾ ਕਿਸੇ ਨੇ ਅਤੇ ਹੁਣ ਮੈਂ ਜਾਂ ਨੇਕ ਹੋਊਗਾ ਜਾਂ ਬਦ ਹੋਊਗਾ ਕੋਈ ਅਕਲ ਕਰੋ ਕੁਛ ਕਰੋ ਤਾਂ ਗਵਾਹੀ ਵੱਲਾ ਬਿਮਾਤਾ ਮਲ ਉਹਨਾਂ ਲਈ ਇਹ ਬਾਤ ਹੈ ਜਿਹੜੀ ਅੱਲਾ ਕਿਹਾ ਕਿ ਜੋ ਕੁਛ ਤੁਮ ਕਰੋਗੇ ਅੱਲਾ ਉਸ ਕੋ ਜਾਣਤਾ ਜਦੋਂ ਮੋਹਰ ਲਾਉਣੀ ਨਾ ਵੇਖ ਰਿਹਾ ਅੱਲਾ ਕਿ ਤੂੰ ਕੀ ਕਰ ਰਿਹਾ ਤੂੰ ਇਹ ਆਨਾ ਵੀ ਮੈਂ ਘਰ ਨੂੰ ਆ ਗਿਆ ਅੱਲਾ ਤੂੰ ਨੋਟ ਕਰ ਲਿਆ ਦੀਨ ਦਾ ਦੁਸ਼ਮਣ ਮੈਰਾਥਨ ਰੇਸ ਕਰਾਉਣ ਵਾਲਾ ਮੁਜਾਹਿਦੀਨ ਨੂੰ ਮਾਰਨ ਵਾਲਾ ਔਰ ਮਸਜਿਦਾਂ ਵੀਰਾਨ ਕਰਨ ਵਾਲਾ ਔਰ ਕੁਰਾਨ ਦੀਆਂ ਬੇਅਦਬੀਆਂ ਕਰਨ ਵਾਲਾ ਤੂੰ ਉਸ ਪਾਰਟੀ ਨੂੰ ਵੋਟ ਦੇ ਤੂੰ ਤੇਰੇ ਸਾਰੇ ਖਾਤੇ 'ਚੋਂ ਗੁਨਾਹ ਲਿਖੇਗਾ ਜਿਹੜੇ ਪਿੱਛੇ ਉਹ ਵੀ ਲਿਖੇਗਾ ਔਰ ਗਾਂਹ ਵੀ ਜੋ ਉਹਨਾਂ ਨੇ ਕਰਨੇ ਲਿਖ ਲੈਣਾ ਕਿ ਤੂੰ ਖਬੀਸਾ ਇਹੀ ਚਾਹੁੰਦਾ ਵੀ ਇਸ ਮੁਲਕ 'ਚ ਇਸ ਤਰ੍ਹਾਂ ਹੀ ਹੁੰਦਾ ਰਹੇ ਔਰ ਇੱਥੇ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਬੜੀ ਮਿਸਾਲ ਹੈ ਬਦਕਿਸਮਤੀ ਅਸੀਂ ਤਾਂ ਬਹੁਤ ਦੂਰ ਹਟ ਗਏ ਜਦੋਂ ਕਾਂਟਾ ਬਦਲਿਆ ਉਸ ਵਿੱਚ ਅੱਲਾ ਦੇ ਨੇਕ ਬੰਦੇ ਪਿੱਟਦੇ ਸੀ ਵੀ ਕੋਈ ਤਾਵਨ ਨਾ ਕਰੋ ਮਗਰ ਤਾਵਨ ਕਰਨਾ ਪੈ ਗਿਆ ਮਜਬੂਰ ਹੋ ਗਿਆ ਜਦੋਂ ਹਕੂਮਤ ਦੀ ਸੰਭਾਲ ਲਈ ਸਦੀਆਂ ਚੱਲ ਪਏ ਕੀ ਕਰਦੇ ਲੋਕ ਫਿਰ ਕਿੱਥੇ ਨਹੀਂ ਚਲੇ ਜਾਂਦੇ ਵਰਨਾ ਹਜ਼ਰਤ ਇਮਾਮ ਮੂਸਾ ਕਾਜ਼ਮ ਅਲੈਹਿਸਲਾਮ ਨੂੰ ਉਹਨਾਂ ਦੇ ਸਾਥੀ
صفوان و جمال ملے تو امام نے فرمایا صفوان تیرے جھڑ خوبی ہے مگر ایک بہت بری بات ہے. انہیں آخیا امام میں واری سد کے جاؤں میرے کہڑی برائی. انہیں آخیا تو ہارون کرائے سے اونٹ دیتے اتنے کئی پوچھتے سودی آ جڑا بینک کی نوکری مخبی صاحب بینک کی نوکری کی طرح گناہ سکول کی ٹیچری ایک ظالم حکومت کا پرزہ بنیا. تمہیں اِنہ ہی پتا بھی سود بینک کا حرام ہے اتنے امامت کرنی بھی جڑی یہاں کی مسجد ہی حرام ہے اوقاف کی مسجد خطیب وہ بھی مجرم اس حکومت رو سارا دے رہا. امام نے آخیا تیرے چ برائی ہے بھی تو ہارون جڑا وقت کا ظالم حکم ہے انہوں اونٹ کرایہ سے دیتے. انہیں آخیا امیر امام نہ وہ عیاشی لی دیتے ہیں نہ شکار لی دیتے ہیں نہ حرام کم لی دیتے وہ حاجیاں اور کافرے نو لے جانا چاہتا مکے تد میں دیتے. امام نے فرمایا تیرا وہ کی معاہدہ کہ واپس آ کے کرایہ دینا. انہیں آخیا ہاں تو فرمایا تیری نیت یہ نکلی کہ زندہ ہی جاوے تو زندہ ہی آوے تو وہ بکا چاہنا نا کہ خبیث خدا کا دشمن زندہ رہے اس تو فرمایا من احبا بکا فا من جڑا یہ چاہتا نا کہ ظالم جیندے رہن کسی مسئلے چوں نکلتا بھی یہاں مہرت دینا چاہتا وہ خود انہوں کا ساتھی اور جتنے دوزخ جان گے اتنے ہی جاؤ گا. تدے حضرت عطا ابن ابی ربیعہ نے پوچھا بے بنو میہ کی نوکری کر لیا صرف این کہ کلم دعا سیاہی پا کے دے دیا کرا کہ تیری فرمایا تو یہ نہ چوے بلا ترکن اللہ دینا ظالم مسا کمان ظالما ذرا بھی تیرا رجحان پایا گیا تینوں اگ چھو کی قیامت گل قرآن نو پڑھو حدیثاں نو پڑھو کہ ظالمان نو تقویت دئیے انہوں نے سپورٹ کریے کہ وہ اسی طرح ہی کرتے رہے. پر میں یہ کام نہ کریں واللہ بما تعملون علیم اللہ خوب جانتا ہی جو تو کر رہا. اور سورہ نساء دی ہے چلا پاک نے فرمایا ان اللہ یامرکم ان تعدوا الامانات الى اهلها واذا حکمتم بین الناس ان تحکموا بالعدل. ایتھے کئی پولیٹیکل سائنس والے بچے بیٹھے ہونے ساری دنیا دی کتاباں پڑھ لو معاشرے نو ٹھیک رکھنی دو شاں چاہیے پہلا بندے جڑے اگے آن وہ ٹھیک ہو جی ڈرائیور ہی غلط ہے کام تو اتوں تباہ ہو گیا جی بندہ ٹھیک ہے مگر ضوابط رکواری غلط جنہوں نے فیصلے ہونے قانون غلط بنے پھر بھی نہیں انصاف ہو سکا. اللہ نے ایک ایچ دونوں اکٹھے کرتے سبحان اللہ اللہ کے کلام کا کوئی مقابلہ کر سکا. ان اللہ یام رکمن تو عبد المانات لیا پہلا اللہ تمہیں حکم دینا بھی جہدے بھی سامنے جنہوں بھی کوئی امانت سپرد کرو وہ اہل ہونا چاہیے وہ میرٹ ہونا چاہیے کہ اس عہدے کے لائق ہے گا مسجد خطیب رکھنا تد پتا کرو کہ کوئی اینا قرآن حدیث کا علم ہے گا کہ سانو صحیح رہنمائی ایک نارائک نو تسی ممبر سے بٹھا تھا سارے مجرم نے کہ تنخواہ تھوڑی لینا ہے اس مولوی رکھ لو پر میں دین کا معاملہ تسی ایک نارائک نو بٹھا تھا حکومت دیتی تد اللہ دے رسول اللہ علیہ السلام دا صحیح بخاری چاہتا بندے نے پوچھا متا ساتھ یا رسول اے قیامت آئی ہے ساری کرتوتان تو آن والی ہے قیامت کدو آنی حضور نے فرمایا کہڑی قیامت اڑی تم اس قیامت کی گلان کرتا جب جہان فنا ہونا چھڈ ان ایک ہور قیامت ہے جی امتوں سے آتی ہے تو معاشرے سے آتی ہے اذا زویت الامانہ جب امانت ضائع ہو جاتی ہے اس ویلے امتوں قیامت آ جاتی وہ مر جاتی ہیں پھر جیندے ویرے چھتر کھاندے رہتے. انہیں آخیا امانت اللہ کے رسول کیونیں ضائع ہوتی اذا بسے دل امر ویلا غیر اہلی کہ جڑے روگ اس قابل نہیں ہوں جب وہ کام انہوں دیتے جاتے جج وہ بن کے بہ جاتے ہیں جنہوں کا پتا بھی یہ ظالم کل کی فیصلے کرتے سی اور ہوں نوکری کی خاطر انہوں نے کی حلف اٹھا لے اور تے سامنے کہ جنہ نے فیصلے کیتے سی جنہ فیصلے سے ناراض ہے وقت کا جابر وہی جج ہوں جج بنے نا ساتھ دیتا فیصلے انہیں کیتے اور جس غریب نے بند کیا نماز نہیں پڑھنے دے اس بینچ جی نہیں سی انہیں آخیا میرے تو یار ناراض ہے ایویں طرفداری دل رہا بچوں نکل گیا بٹھائے جڑے انہیں ہی حلف چک لیا تو بہ گیا جنہوں نے آتا چھڈی جاندے بے ایمان لوگ تو جب ایسے لوگوں سپرد کرتا جائے عدالتاں تے محکمے جڑے اہل ہی نہیں حضور نے فرمایا قیامت آنی کی نہیں آنی تد کیا کہ امانت سپرد کرو تے اہل لوگوں دے اگے فرمایا جدوں پھر اہل لوگ اگے چلے جان تو وہ کی کرن وَإِذَا حَكَمْتُمْ بَيْنَ النَّاسِ أَن تَحْكُمُوا بِالْعَدْلِ ایک ایسی سارا معاشرے کا نظام سبھیل لیا کہ پہلے بندے اہل لیاؤ تو بندے پھر عدل کے مطابق کر. میں پنڈ جلسہ آیا آئے سی دونوں میں آخیا یار نہ تھی کدی ملے نہ مینوں یہ کوئی نہ میں کدی گیا نہ غرض کسی سے نہ واسطہ مجھے کام اپنے ہی کام سے تیرے ذکر سے تیری فکر سے تیری یاد سے تیرے نام سے. میں اللہ کا منہ رہا میں نہیں کہہ رہی منتا کر رہا مگر اس پاروں دوجیاں کے مقابلے ایس وقت تھی اس پاروں آئے جی ملک کو بچاؤ لی اس ایٹم بم کا بنا بعد ججاں کی بالی یہ چیزاں جڑیاں تھوڑیاں دوجیاں نہ بہتر ہے کوئی اور اچھی جماعت ہوں سی وہ آدھے اس وقت بیان کیا سارا اور کیا عدل سن لو نثار اکبر میں بھی آواں تمہوں ووٹ دیتا مگر جھوٹا آوا میرے حق فیصلہ نہیں دینا اور جنہیں نہیں تینوں ووٹ دیتا وہ بھی آ جائے مگر وہ میرے مقابلے ٹھیک ہے تو وہ مدد کرنی عدل کرنا یہ کوئی گل نہیں بھی اِسی آخیے ووٹ دیتے تو غلط کمے تو پھر پٹھا بٹھاؤ والی گل تو اللہ آتا اے چنو
ਔਰ ਉਹ ਕਰਨ